मैपल लीफ की वाइट सीमेंट बेस HD पट्टी। जब बेस ही ना हो सिट रॉन्ग तो सब कुछ होगा रॉन्ग। अबू बकर यार अब रस्ते जे तो कहाँ नजर आए ने सदका देना यार, बुरे बुरे ख्याल आ रहे ने ते यार कहीं देखा ही थे खड़े होंगे बोलता है उन्होंने देखा ही बड़े फराटी होंगे किसी एक बोटी भाई होंगी किसी दो भाई होंगे बच्चे ही होंगे यार लोग देखना लोग तो छोड़ जाते हैं ऐ वेखना टाइम ना वेला होया जी ऐ फराटी आए काम को धारे लेंगे ऐ बच्चा आया बच्चा शकलों तेज लगता कोई शरीफ जो आदमी मिले ना उनके को लैके देने हेलो अस्सलाम वालेकुम भाजी की हाल चाल है हाँ जी भाजी अल्लाह का शुक्र इतने खलोते इतने ही हाँ जी भाजी लोग खलोई ना करा जी ਸਾਡਣ ਤੰਗ ਕਰਦੇ ਆ ਜੀ ਦਿਹਾੜੀ ਚੰਗੀ ਬਣ ਜਾਂਦੀ ਆ ਹਾਂਜੀ ਹਾਂਜੀ ਦਿਹਾੜੀ ਵਧੀਆ ਬਣੇ ਅੱਲਾ ਵਾਹ ਕਿੰਨੇ ਭਾਜੀ ਕਿੰਨੇ ਛਾਪ ਅੱਲਾ ਵਾਹ ਹਾਂਜੀ ਭਾਜੀ ਹੈਲੋ ਓਏ ਉਹ ਭਾਈ ਯਾਰ ਕੋਈ ਜਾਂਦਾ ਵੇ ਉਹਨੂੰ ਪਿੱਛੋਂ ਆਵਾਜ਼ਾਂ ਨਹੀਂ ਮਾਰੀ ਦੀਆਂ ਹੈਲੋ 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 ਭਾਜੀ ਤੁਸੀਂ ਗੱਡੀ ਖਿਡਾਰੀ ਮੈਂ ਕਿਹਾ ਤੁਸੀਂ ਮੈਂ ਤੇ ਕੁਝ ਖੋ ਕੇ ਦੌੜ ਪਿਆ ਉਹ ਯਾਰ ਇੱਥੇ ਖਲੋਤਿਆ ਮੇਰਾ ਵੀ ਚਲਾਨ ਹੋ ਸਕਦਾ ਭਾਜੀ ਸਦਕਾ ਨਹੀਂ ਸੁੱਟਣਾ ਤੁਸੀਂ ਮੈਂ ਤੇ ਕਿਹਾ ਸਦਕਾ ਸੁੱਟਣਾ ਤੁਸੀਂ ਦੱਸੋ ਮੈਂ ਛੋੜ ਦਿੰਦਾ ਮੈਂ ਇੱਥੋਂ ਛੋੜ ਦਿੰਦਾ ਸਦਕਾ ਦੇਣਾ ਇੱਥੋਂ ਕਿ ਛੋੜ ਦਿੰਦਾ ਆਪਣੇ ਕਿਲੋ ਕਿੰਨੇ ਦਾ ਭਾਜੀ ਤੁਸੀਂ ਸਦਕਾ ਦੇਣਾ ਕਿ ਹੰਡੀ ਪਕਾਉਣੀ ਤੁਸੀਂ ਕਿਲੋ ਤਾਂ ਸਾਰਾ ਨਹੀਂ ਹੋਣਾ ਮੇਰੇ ਕੋਲ ਹੱਡੀ ਹੁੰਦੀ ਵਿੱਚ ਇਹ ਜੀ ਹੱਡੀ ਨਹੀਂ ਹੁੰਦੀ ਭਾਜੀ ਹਾਂਜੀ ਹੱਡੀ ਵਾਲਾ ਦੇਣਾ ਹੈ ਨਾ ਹੈ ਹੱਡੀ ਵਾਲਾ ਹੱਡੀ ਵਾਲਾ ਹਾਂ ਤੇ ਨਾ ਭਾ ਨਹੀਂ ਮੰਨਦਾ ਭਾਜੀ ਸਦਕਾ ਦੇਣਾ ਜਾਂ ਆਲੂ ਪਾਉਣੇ ਵਿੱਚ ਉਧਰ ਆ ਜਾਓ ਭਾਜੀ ਪਰਲੇ ਪਾਸੇ ਤੁਹਾਡਾ ਵੀ ਚਲਾਨ ਹੋ ਜਾਣਾ ਮੈਂ ਆਉਣਾ ਉਧਰ ਆਓ ਪਰਲੇ ਪਾਸੇ ਆਓ सदका लैन आए हो या लोन लैन आए कोई वड्डा शॉपर कोई छोटा शॉपर है पाकिस्तान तैनूं पता है लोग कारकुर लेंदे ने जी अबार किसे तैनूं बोट भाजी दी बेईमानी नहीं करी दी जो हां जी जो तुहानूं दसणा ओही आ वेखो ना जो तुहानूं दसणा ओही शै होणी इहदे विच ਤੇ ਉਹ ਕਾਮਾਂ ਨੂੰ ਦਵਾਂਗੇ ਲੈ ਜਾਣਗੇ ਚੁੱਕੇ ਨਹੀਂ ਭਾਈ ਨੂੰ ਘਰੋਂ ਪਹਿਲੇ ਜਾ ਕੇ ਸਲਾਹ ਕਰਨਗੇ ਲੈ ਆਈਏ ਕਿ ਨਾਲ ਭਾਈ ਲੈਣ ਦੇ ਉਸੇ ਵੇਲੇ ਜਾ ਕੇ ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਕਾਬਲ ਹੁੰਦਾ ਗੋਸ਼ ਦਾ ਉਹ ਕਾਂ ਖਾ ਲੈਣਾ ਤੁਹਾਡੇ ਸਾਹਮਣੇ ਭਾਈ ਸੁੱਟਣਾ ਹੁਣੇ ਵੇਖੀ ਉਹਨਾਂ ਨੇ ਲੈ ਜਾਣਾ ਰੋਜ਼ ਰੋਜ਼ ਲੈਂਦੇ ਜਾਂ ਲਿਆ ਕੇ ਫ੍ਰਿਜ ਰੱਖਿਆ ਹੁੰਦਾ ਪਹਿਲੇ ਨਹੀਂ ਭਾਜੀ ਫ੍ਰਿਜ ਵੀ ਪਿਆ ਹੁੰਦਾ ਤੇ ਰੋਜ਼ ਲਿਆ ਕੇ ਵੀ ਸੁੱਟੀ ਦਾ ਜੀ ਉਹ ਠੰਡਾ ਫਿਰ ਚੱਲ ਦਿਖਾਉਂਦਾ ਕੋਈ ਨਹੀਂ ਫਿਰ ਭਾਈ ਠੰਡਾ ਕੀ ਮੂੰਹ ਤੇ ਰੰਗ ਪਾ ਕੇ ਸੁੱਟਣਾ ਤੁਸੀਂ ਗੋਲਾ ਬਣਾ ਦਈਏ ਤੁਹਾਨੂੰ ਗੋਸ਼ ਦਾ ਅੱਛਾ ਯਾਰ ਤੂੰ ਇੰਜ ਕਰ ਇੱਕ ਸ਼ਾਪਰ ਲੈ ਮਾਰ ਕੇ ਸੁੱਟੀ ਦਾ ਕੌਣ ਜੀ ਹਾਂਜੀ ਉਹ ਤਾਂ ਮਾਰ ਦੀ ਤਾਂ ਭਾਜੀ ਇੱਕ ਸ਼ਾਪਰ ਮੇਰੇ ਤੇ ਮਾਰ ਦੇ ਹਾਂਜੀ ਤੇ ਉਸ ਤੋਂ ਬਾਅਦ ਆ ਮੇਰਾ ਪੁੱਤਰ ਆ ਇਹਦੇ ਤੇ ਵਾਰ ਦੇ ਅੱਛਾ ਮੇਰੇ ਗੱਡੀ ਤੇ ਵਾਰ ਦੇ ਤੇ ਉਹ ਸਟੀਅਰਿੰਗ ਤੇ ਵਾਰ ਦੇ ਹੈ ਨਾ ਵੀ ਆ ਵੀਲਾਂ ਤੇ ਵਾਰ ਕੇ ਛੋਟੇ ਦੇ ਫੇ ਛਾਪਰ ਇੱਕ ਇੱਕ ਛਾਪਰ ਤੁਸੀਂ ਭਾਜੀ ਇਦਾਂ ਕਰੋ ਮੈਨੂੰ ਘਰ ਦਾ ਐਡਰੈਸ ਦਿਓ ਤਾਂ ਕਿ ਤੁਹਾਡੇ ਕੋਈ ਜੀ ਰਹਿ ਰਹੇ ਮੈਂ ਉੱਥੇ ਜਾ ਕੇ ਵਾਰ ਉਹਨਾਂ ਦੀ ਕੋਲ ਇੱਕ ਛਾਪਰ ਆ ਯਾਰ ਭਾਈ ਜੀ ਤੁਹਾਡੀ ਮਿਹਰਬਾਨੀ ਟਾਈਮ ਨਹੀਂ ਹੈ ਨਾ ਆ ਹੁਣੇ ਸਰਜੈਂਟ ਆ ਜਾਣੇ ਤੁਹਾਨੂੰ ਛਾਪਾ ਪੈ ਜਾਣਾ ਭਾਜੀ ਉਹ ਯਾਰ ਮੈਂ ਵੇਖਣਾ ਚਾਹੁੰਦਾ ਉਹ ਕਾਂ ਖਾਂਦੇ ਕਿ ਨਹੀਂ ਖਾਂਦੇ ਉਹ ਖਾ ਜਾਣੇ ਤੁਹਾਡੇ ਸਾਹਮਣੇ ਮੈਂ ਸੁਣਨਾ ਹੁਣੇ ਮੈਨੂੰ ਕਿਸੇ ਨੇ ਦੱਸਿਆ ਕਿ ਜਿਹੜੇ ਕਾਂ ਆ ਤੁਹਾਡੇ ਆਪਣੇ ਰੱਖੇ ਨੇ ਕਿਹੜੇ ਉਹ ਤੁਸੀਂ ਛੁੱਟਦੇ ਹੋ ਉਹ ਬੋਟੀਆਂ ਚੁੱਕ ਕੇ ਲਿਆ ਕੇ ਫੇਰ ਤੁਹਾਨੂੰ ਦੇ ਦਿੰਦੇ ਤੁਸੀਂ ਫੇਰ ਸ਼ਾਪਰ ਜਵਾ ਕੇ ਵੇਚਣ ਲੱਗ ਪਏ ਮੇਰਾ ਇੰਨਾ ਕਾਰੋਬਾਰ ਹੈ ਮੇਰੇ ਨਾਲ ਬੱਚੇ ਵੀ ਪਾਲਣ ਨਾਲ ਮੈਂ ਕਾਂ ਵੀ ਪਾਲੇ ਆ ਸਿਖਾਏ ਹੁੰਦੇ ਨੇ ਰਿਸ਼ਤੇਦਾਰ ਮੇਰੇ ਸਾਲੇ ਆ ਸਿਖਾਏ ਕੀ ਹੁੰਦੇ ਯਾਰ ਬਾਂਦਰ ਆ ਮੇਰੇ ਬਾਂਦਰ ਨਹੀਂ ਖੁਦਾ ਦਾ ਵਾਸਤਾ ਜਾ ਭਾਈ ਸਦਕਾ ਸੁੱਟਣਾ ਕਿ ਨਹੀਂ ਸੁੱਟਣਾ ਯਾਰ ਤੁਹਾਡੀ ਮਿਹਰਬਾਨੀ ਤੇ ਤੂੰ ਕਿਉਂ ਆਵਾਜ਼ ਦਿੱਤੀ ਤੁਸੀਂ ਭਾਜੀ ਗੱਡੀ ਰੋਕੀ ਮੈਂ ਇੱਥੇ ਕੋਲ ਲੋਕੀ ਆਂਦੀ ਗੱਡੀ ਆਸਤਾ ਕਰ ਲੈਂਦੇ ਆ ਅਸੀਂ ਭੱਜ ਕੇ ਦੇ ਨਾਲ ਸਦਕਾ ਦੇ ਦਈਏ ਉਹਨਾਂ ਨੂੰ ਜਾ ਕੇ ਪਹਿਲੇ ਤੇ ਇੱਕ ਫ੍ਰੀ ਦੇ ਨਾ ਉਹ ਲਬਾਰਟਰੀ ਲੈ ਕੇ ਜਾ ਕੇ ਚੈੱਕ ਕਰਾਉਣਾ ਕਦੀ ਬੱਸ 'ਚ ਸਫ਼ਰ ਕੀਤਾ ਹੋਵੇ ਉਹ ਦਾਲ ਵੇਚਣ ਵਾਲਾ ਨਹੀਂ ਹੁੰਦਾ ਉਹ ਪਹਿਲੇ ਪੂਰਾ ਪੂਰਾ ਚੈੱਕ ਕਰਾਉਂਦਾ ਤੁਹਾਨੂੰ ਮੈਂ ਦਿਨਾ ਤੁਸੀਂ ਖਾ ਕੇ ਇੱਥੇ ਨੂੰ ਬਹਿ ਕੇ ਚੈੱਕ ਕਰ ਲਓ ਫਿਰ ਮੈਂ ਤੁਹਾਨੂੰ ਦਿਆਂਗਾ ਉਹ ਮੈਂ ਯਾਰ ਕਾਮਾ ਦਾ ਖਾਣਾ ਕਿਵੇਂ ਖਾ ਸਕਦਾ ਤੇ ਹੁਣ ਮੈਂ ਪਹਿਲੇ ਇੱਕ ਕਾਮ ਬੁਲਾਵਾਂ ਉਹਨੂੰ ਕਹਾਂ ਭਾਈ ਇੱਥੇ ਬੈਠੋ ਮੈਂ ਤੁਹਾਨੂੰ ਗੋਲ ਚੈੱਕ ਕਰਾਉਣਾ ਫਿਰ ਠੀਕ ਆ ਜੱਦੀ ਪੁਸ਼ਤੀ ਕੰਮ ਹੈ ਤੁਹਾਡਾ ਹਰ ਬੰਦੇ ਦੀ ਜ਼ਿੰਦਗੀ 'ਚ ਚੰਗਾ ਬੁਰਾ ਵੇਲਾ ਆ ਜਾਂਦਾ ਭਾਜੀ ਬੁਰਾ ਵੇਲਾ ਆਇਆ ਨਹੀਂ ਮੈਂ ਸ਼ੌਕੀਆ ਖਲੋਤਾ ਇੱਥੇ ਚਾਰ ਨਾਲ ਐਵੇਂ ਮੇਰਾ ਦਿਲ ਕਰਦਾ ਛੁੱਟੀ ਵਾਲੇ ਦਿਨ ਇੱਥੇ ਆ ਕੇ ਖਲੋ ਜਾਂਦਾ ਓਏ ਮਜਬੂਰਨ ਖਲੋਤਾ ਯਾਰ ਮੈਂ ਯਾਰ ਚੰਗੀ ਭਲੀ ਦੀ ਦਿਹਾੜੀ ਲਾ ਕੇ ਜਾਂਦੇ ਹੋ ਕਾਂ ਤੁਹਾਡੇ ਆਪਣੇ ਹੁੰਦੇ ਨੇ 20 ਰੁਪਏ ਦਾ ਛਾਪਰਾ ਕਿੰਨੀ ਕਿ ਦਿਹਾੜੀ ਲਾ ਲਣੀ ਮੇਰੇ ਹੱਦ ਹੋ ਗਈ ਯਾਰ ਆ ਮੈਂ ਤੁਹਾਡੇ ਤੋਂ ਵਾਰ ਦਿੰਦਾ ਹੈ ਜੀ ਬੈਠ ਜਾ ਜੇ ਹੈ ਯਾਰ ਮੈਨੂੰ
ਪਰਸ ਮੈਂ ਵੇਖਾਂ ਗੱਡੀ ਚ ਕਿਥੋਂ ਪਰਸ ਵੇਖਿਆ ਕਿੱਥੇ ਪਰਸ ਭਾਜੀ ਮੈਂ ਤੁਹਾਨੂੰ ਹੁਣ ਵੇਖਿਆ ਤੇ ਮੈਂ ਤੁਹਾਡਾ ਪਰਸ ਕਿੱਥੋਂ ਵੇਖਣਾ ਜਾਓ ਗਾੜੀ ਮੈਂ ਦੇ ਪਰਸ ਦੇਖਦਾ ਡੈਸ਼ਬੋਰਡ ਮੈਂ ਦੇਖੋ ਮੈਂ ਕਹਿੰਦਾ ਯਾਰ ਤੈਨੂੰ ਪੈਸੇ ਬਤਾਏ ਕਿੱਥੇ ਆ
ਨਹੀਂ ਮੈਂ ਤਾਂ ਬੋਟੀਆਂ ਸਟੈਂਡ ਤੇ ਲਾ ਦਿੰਦਾ ਉਹ ਆਪੇ ਆ ਕੇ ਆਪਣੀ ਆਪਣੀ ਲੈ ਜਾਂਦੇ ਇਹਨੇ ਨਖਰੇ ਤਾਂ ਕਾਹ ਨਹੀਂ ਕਰਦੇ ਖਾਣ ਲੱਗੇ ਜਿੰਨੇ ਲੈਣ ਲੱਗੇ ਤੁਸੀਂ ਕਰਨ ਡੇ ਅਗਰ ਇੱਕ ਕਾਹ ਸਾਰਾ ਚੁੱਕੇਗਾ ਤਾਂ ਫਿਰ ਤੇਰਾ ਵਾਕਫ ਹੋਏਗਾ ਨਾ ਪੰਜ ਬੋਟੀਆਂ ਸੁੱਟੋ ਪੰਜ ਕਾਹ ਆਉਂਦੇ ਨੇ ਉਹ ਯਾਰ ਵਾਕਫ ਕਾਹਦੇ ਮੇਰੇ ਉਹ ਮੇਰੇ ਕੋ ਪੜਦੇ ਆ ਇਹ ਮੇਰੇ ਕਾਹਦੇ ਵਾਕਫ ਆ ਯਾਰ ਛੋਟਾ ਕੁਛ ਨਹੀਂ ਹੁੰਦਾ ਛੋਟਾ ਹੈ ਭਾਜੀ ਇੰਨੀ ਇੰਨੀ ਬੋਟੀ ਆ ਇਹ ਤੋਂ ਛੋਟਾ ਹੋਰ ਮੈਂ ਕੀ ਕਰਦੇ ਆ ਕੀਮੇ ਵਰਗਾ ਹੈਗਾ ਇਹ ਮਟਰ ਛੋਟਾ ਕੁਛ ਕੀ ਮਤਲਬ ਮਟਰ ਹੁੰਦਾ ਮਟਰ ਅੱਛਾ ਮਟਰ ਜੇ ਚੈੱਕ ਦੇ ਲਵਾਂ ਤਾਂ ਚੈੱਕ ਚੱਲ ਜਾਏਗਾ ਭਾਜੀ ਫਰਨੀਚਰ ਲੈਣ ਆਏ ਆ ਤੁਸੀਂ सोलह मैं लगता मैं अपना सदका देना है यार बोटियां सुटेंगे या छापरियां सुट देंगे मैं नाल गोल सुटांगा नाल मैं पुराने कपड़े सुटांगा नाल जूतियां सुटांगा ताकि वो भी ले जाए नाल हद हो गई यार और गोश ही सुटना और मैं किस सुटना पे यार एक छापर सुट रखा है किथे इथे मेरे सामने सुट रहा हां मैं सुट देना ले आओ पैसे दे दे भाई हेलो ए हो गया जी हुन दसो वो कहां ले जाएगा तो फिर ही पैसे दूंगा ओए तू आसे-पासे होवेंगे तो कहां ले जाऊंगा तू आसे-पासे क्यों आवां रिश्तेदार रोटी ਕਹਿੰਦੇ ਘਟੀਆ ਬੰਦੇ ਆਏ ਨੇ ਸਦਕਾ।